ਹੁਣ ਤੱਕ ਤੁਸੀਂ ਪੰਜਾਬ ਪੁਲਿਸ ਦੀਆਂ ਕਰਫਿਊ ਦੇ ਦੌਰਾਨ ਅਜਿਹੀਆਂ ਤਸਵੀਰਾਂ ਵੇਖੀਆਂ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਕਰੂਰਤਾ ਦੇ ਨਾਲ ਲੋਕਾਂ ਦੇ ਉੱਤੇ ਲਾਠੀਚਾਰਜ ਕੀਤਾ ਜਾਂਦਾ ਹੈ। ਪਰ ਹੁਣ ਅਸੀਂ ਇਹਨਾਂ ਤਸਵੀਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਪੰਜਾਬ ਪੁਲਿਸ ਦਾ ਦੂਸਰਾ ਪੱਖ ਤੁਹਾਨੂੰ ਵਿਖਾਵਾਂਗੇ, ਜਿਸ ਦੇ ਵਿੱਚ ਪੰਜਾਬ ਪੁਲਿਸ ਦੇ SSP ਮਨਦੀਪ ਸਿੰਘ ਸਿੱਧੂ ਦੇ ਵੱਲੋਂ ਕਾਨੂੰਨ ਵਿਵਸਥਾ ਨੂੰ ਮੁੱਖ ਰੱਖਦੇ ਹੋਇਆਂ ਨਾਭਾ ਦਾ ਦੌਰਾ ਕੀਤਾ ਗਿਆ ਅਤੇ ਇਸੇ ਦੌਰਾਨ ਉਹਨਾਂ ਨੇ ਲੋਕਾਂ ਅਤੇ ਸਮਾਜ ਸੇਵੀ ਸੰਸਥਾ ਦੇ ਵੱਲੋਂ ਚਲਾਏ ਜਾ ਰਹੇ ਲੰਗਰਾਂ ਅਤੇ ਵਸਤਾਂ ਅਤੇ ਝੁੱਗੀਆਂ ਝੌਂਪੜੀਆਂ ਦਾ ਵੀ ਜਾਇਜ਼ਾ ਲਿਆ ਅਤੇ ਇਸ ਮੌਕੇ 'ਤੇ ਉਹਨਾਂ ਨੇ ਝੁੱਗੀਆਂ ਝੌਂਪੜੀਆਂ ਵਾਲਿਆਂ ਨੂੰ ਖਾਣ ਪੀਣ ਦੀਆਂ ਵਸਤੂਆਂ ਵੀ ਵੰਡੀਆਂ ਨੇ। ਨਹੀਂ, ਮੈਸੇਜ ਅਸੀਂ ਪੰਜਾਬ ਪੁਲਿਸ ਦੀ ਰੈਗੂਲਰ ਕਈ ਦਿਨਾਂ ਤੋਂ, ਮੈਨੂੰ ਲੱਗਦਾ 5-6 ਦਿਨ ਹੋ ਗਏ, ਦਿਨ ਰਾਤ ਅਸੀਂ ਡਿਊਟੀ ਦੇ ਰਹੇ ਹਾਂ। ਮੈਂ ਪਹਿਲਾਂ ਵੀ ਇਹ ਚੱਕਰ ਲਾ ਗਿਆ, ਹੁਣ ਵੀ ਚੱਕਰ ਲਾਉਣਾ। ਆਪਦੀ ਫੋਰਸ ਦਾ ਅਸੀਂ ਇੱਕ ਮੋਰਾਲ ਬੂਸਟਿੰਗ ਦਾ ਮਕਸਦ ਹੈ, ਜਿਹੜਾ ਫੋਰਸ ਨੂੰ ਵੱਖ ਵੱਖ ਜਿਹੜੀਆਂ ਆਈਆਂ ਹਦਾਇਤਾਂ ਉਹਦੇ ਬਾਰੇ ਜਾਣੂ ਕਰਾਉਣਾ ਅਤੇ ਇੱਕ ਫੋਰਸ ਦਾ ਮੋਰਾਲ ਕਰਨਾ ਕਿ ਫੋਰਸ ਨੂੰ ਇਹ ਲੱਗੇ ਵੀ ਅਸੀਂ ਇਹ ਡਿਊਟੀ ਜਿਹੜੀ ਕਰ ਰਹੇ ਹਾਂ, ਇਹ ਡਿਊਟੀ ਦੇ ਨਾਲ ਨਾਲ ਸਾਡਾ ਮਿਸ਼ਨ ਹੈ, ਸਾਨੂੰ ਸਾਡਾ ਪੰਜਾਬ ਪਿਆਰਾ, ਸਾਨੂੰ ਸਾਡੇ ਲੋਕ ਪਿਆਰੇ ਆ। ਮਤਲਬ ਮੁਲਾਜ਼ਮਾਂ ਦੇ ਵਿੱਚ ਇੱਕ ਭਾਵਨਾ ਦੁਬਾਰਾ ਜਗਾਉਣ ਦੀ ਪਹਿਲਾਂ ਹੀ ਮਰਾਲ ਆਈ ਆ, ਉਹ ਬੜੇ ਖੁਸ਼ ਹੈ ਅਤੇ ਸਾਰੇ ਤਨਦੇਈ ਨਾਲ ਡਿਊਟੀ ਕਰ ਰਹੇ। ਸਰ, ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿਹੜੀ ਕਾਨੂੰਨ ਦੀ ਉਲੰਘਣਾ ਕੀਤੀ ਗਈ ਕਰਫਿਊ ਦੀ, ਕਿੰਨੇ ਕੁ ਮਾਮਲੇ ਦਰਜ ਹੋਏ ਨੇ ਅਤੇ ਕੀ? ਨਹੀਂ, ਮੇਰੇ ਕੋਲ ਹੁਣ ਇਸ ਟਾਈਮ ਫਿਗਰ ਤਾਂ ਨਹੀਂ। ਅਸੀਂ ਕਾਫੀ ਮੁਕੱਦਮੇ ਦਰਜ ਕੀਤੇ ਆ, ਜਿਹਦੇ ਵਿੱਚੋਂ ਕਹਿ ਦਿਓ ਉਹ ਆਦਮੀ ਵੀ ਅਰੈਸਟ ਕੀਤੇ ਆ। ਪਰ ਜੇ ਦੇਖਿਆ ਜਾਵੇ ਵਾਇਲੇਸ਼ਨ ਬਹੁਤ ਜ਼ਿਆਦਾ ਸੀ, ਬਟ ਉਹਦੇ 'ਚ ਹੌਲੀ ਹੌਲੀ ਲੋਕਾਂ ਨੂੰ ਸ਼ਾਇਦ ਇਸ ਗੱਲ ਨੂੰ ਸੋਚ ਰਹੇ ਸੀ, ਜਿਵੇਂ ਨਾ ਇੱਕ ਪੰਜਾਬੀਆਂ ਦੇ ਵਿੱਚ ਇੱਕ ਧਾਰਨਾ ਜੀ ਬਣੀ ਹੋਈ ਹੈ ਵੀ ਸਾਨੂੰ ਪੰਜਾਬੀਆਂ ਨੂੰ ਕੁਛ ਨਹੀਂ ਹੁੰਦਾ, ਵੀ ਅਸੀਂ ਤਕੜੇ ਹਾਂ, ਵੀ ਪੰਜਾਬੀਆਂ ਨੂੰ ਕੀ ਹੁੰਦਾ ਜੀ, ਅਸੀਂ ਤਾਂ ਸਾਨੂੰ ਕੋਈ ਦਿੱਕਤ ਹੀ ਨਹੀਂ ਆ ਸਕਦੀ। ਉਹ ਧਾਰਨਾ ਕਰਕੇ ਕੋਈ ਦਿੱਕਤਾਂ ਆ ਰਹੀਆਂ ਸੀ, ਵਾਰ ਵਾਰ ਲੋਕਾਂ ਨੂੰ ਉਹ ਸੋਚ ਰਿਹਾ ਵੀ ਜਿਵੇਂ ਕਰਫਿਊ ਲੱਗ ਗਿਆ, ਕੋਈ ਪੁੱਛ ਰਿਹਾ ਸੈਰ ਕਰਨ ਚਲੇ ਜਾਵਾਂ, ਕੋਈ ਕਹਿੰਦੇ ਘੁੰਮ ਲਈਏ, ਕੋਈ ਕਹਿੰਦੇ ਬੱਚੇ ਕਹਿੰਦੇ ਖੇਡ ਲਈਏ। ਉਸ ਗੱਲ ਲਈ ਅਸੀਂ ਵਾਰ ਵਾਰ ਇਹਨਾਂ ਨੂੰ ਜਿਹੜੇ ਸਮਝਾ ਰਹੇ ਹਾਂ। ਤੁਸੀਂ ਇੱਕ ਡਾਟਾ ਵੀ ਸ਼ੇਅਰ ਕੀਤਾ ਮੁਲਾਜ਼ਮਾਂ ਨਾਲ, ਵੀ ਫਿਗਰ ਵੀ ਦੱਸੀ ਹੈ ਵੀ ਕਿੱਥੇ ਕਿੱਥੇ ਕਿੰਨੇ ਪੇਸ਼ੈਂਟ ਆ ਜਿਹੜੇ ਐਕਸਪਾਇਰ ਹੋਏ ਆ। ਆਪਣੇ ਡਿਸਟ੍ਰਿਕਟ ਦਾ ਅਜਿਹਾ ਕੁਛ ਅਜੇ ਮਾਮਲਾ ਸਾਹਮਣੇ? ਆਪਣੇ ਹਜੇ ਕਰੋਨਾ ਦਾ ਕੋਈ ਕੇਸ ਇਵੇਂ ਸਾਹਮਣੇ ਨਹੀਂ ਆਇਆ, ਪਰ ਮੈਂ ਸ਼ੇਅਰ ਕੀਤਾ ਸੀ ਜਿਵੇਂ ਇਟਲੀ 8100, ਸਪੇਨ 4200, ਚਾਈਨਾ 3200, ਇਰਾਨ 2200, ਫਰਾਂਸ 1562, ਅਮਰੀਕਾ 1000, ਇੰਗਲੈਂਡ ਲਗਭਗ 904 ਮੌਤਾਂ ਹੋ ਚੁੱਕੀਆਂ। ਇਹ ਮੁਲਾਜ਼ਮਾਂ ਨੂੰ ਦੱਸਣ ਦਾ ਮਕਸਦ ਇਹ ਸੀ ਵੀ ਕਈ ਲੋਕ ਲਾਈਟਲੀ ਲੈਂਦੇ ਆ, ਮੁਲਾਜ਼ਮਾਂ ਨੂੰ ਅਵੇਅਰ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਉਹਨਾਂ ਨਾਲ ਬੇਵਜ੍ਹਾ ਬਹਿਸ ਕਰਦੇ ਆ ਉਹਨਾਂ ਨੂੰ ਦੱਸਿਆ ਜਾਵੇ ਵੀ ਉਹ ਦੇਸ਼ ਜਿਨ੍ਹਾਂ 'ਚ ਸਿਹਤ ਸਹੂਲਤਾਂ ਬਹੁਤ ਹੀ ਉੱਚ ਦਰਜੇ ਦੀਆਂ, ਆਪਣੀ ਆਬਾਦੀ ਜ਼ਿਆਦਾ ਹੋਣ ਕਰਕੇ, ਆਪਣੇ ਸੀਮਤ ਸਾਧਨ ਹੋਣ ਕਰਕੇ ਉਸ ਲੈਵਲ 'ਤੇ ਸਿਹਤ ਸਹੂਲਤਾਂ ਨਹੀਂ। ਆਪਣਾ ਇੱਕੋ ਇੱਕ ਜਿਹੜਾ ਆਪਾਂ ਜੇ ਆਪਣੇ ਦੇਸ਼ ਨੂੰ, ਜੇ ਆਪਾਂ ਨੂੰ ਪੰਜਾਬ ਪਿਆਰਾ, ਆਪਣੀ ਜਿਵੇਂ ਨਾ ਉਹ CM ਸਾਹਿਬ ਨੇ ਇੱਕ ਗੱਲ ਕਹਿੰਦੇ ਆ ਕਿਹਾ ਵੀ ਇਹ ਕਿਤੇ ਇਹ ਨਾ ਹੋ ਜਾਵੇ ਵੀ ਜਿਹੜੀ ਆਪਣੀ ਨਸਲਕੁਸ਼ੀ ਟਾਈਪ ਹੋ ਜਾਵੇ ਵੀ ਜੇ ਬਿਮਾਰੀ ਫੈਲ ਜੇ, ਆਪਾਂ ਤਾਂ ਆਪਣੇ ਪੰਜਾਬ ਨੂੰ ਬਚਾਉਣਾ, ਆਪਾਂ ਸਾਰੇ ਹਿੰਦੁਸਤਾਨ ਨੂੰ ਬਚਾਉਣਾ। ਇਸ ਕਰਕੇ ਜਿਹੜੀ ਕਈ ਲੋਕ ਸਾਡੇ ਨਾਲ ਬੇਵਜ੍ਹਾ ਬਹਿਸ ਵੀ ਕਰਦੇ ਆ, ਕਈ ਮੈਂ ਸੋਸ਼ਲ ਮੀਡੀਆ 'ਤੇ ਦੇਖੇ ਆ ਵੀਡੀਓ ਵੀ ਇਹ ਤਾਂ ਸਾਰਾ ਐਵੇਂ ਹੀ ਆ ਜੀ, ਸਾਨੂੰ ਕੁਛ ਨਹੀਂ ਹੁੰਦਾ, ਅਸੀਂ ਪੰਜਾਬੀ ਬੜੇ ਤਕੜੇ ਹਾਂ। ਇਹ ਭਾਵਨਾ ਨੂੰ ਦੂਰ ਕਰਨ ਲਈ ਉਹਨਾਂ ਨੂੰ ਮੋਟੀਵੇਟ ਕਰਨ ਲਈ ਮੈਂ ਇੱਥੇ ਕੋਈ ਕਰਫਿਊ ਦੇ ਵਿੱਚ ਕੋਈ ਢਿੱਲ ਵੀ ਦਿੱਤੀ ਜਾਊਗੀ ਜਾਂ ਹਜੇ? ਨਹੀਂ, ਦੇਖੋ ਕਰਫਿਊ ਪੁਲਿਸ ਨਹੀਂ ਡਿਸਾਈਡ ਕਰਦੀ ਜੀ, ਉਹਦੇ ਵਿੱਚ ਐਮਰਜੈਂਸੀ ਬਹੁਤ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਅਲਾਓ ਕੀਤਾ। ਪਰ ਮੈਂ ਤੁਹਾਡੇ ਜ਼ਰੀਏ ਇੱਕ ਰਿਕੁਐਸਟ ਕਰਨਾ ਚਾਹੂੰਗਾ, ਜਿਹੜੀਆਂ ਹੋਮ ਡਿਲੀਵਰੀ ਦਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ, ਇੱਕ ਨਵਾਂ ਐਕਸਪੈਰੀਮੈਂਟ ਹੈ, ਆਪਣੀ ਪਾਪੂਲੇਸ਼ਨ ਦੇ ਹਿਸਾਬ ਨਾਲ ਇਹ ਸਿਸਟਮ ਨਹੀਂ ਸੀ ਲਾਗੂ, ਕਈ ਟੀਥਿੰਗ ਪ੍ਰੋਬਲਮ ਸਿਵਲ ਐਡਮਿਨਿਸਟ੍ਰੇਸ਼ਨ ਨਾਲ, ਅਸੀਂ ਰਾਤ ਦੇ ਲੇਟ ਬੈਠ ਕੇ ਕੀਤਾ, ਉਹ ਉਹਨਾਂ ਨੂੰ ਦਿੱਕਤਾਂ ਆ ਰਹੀਆਂ, ਪਰ ਸਿਸਟਮ ਟਰੈਕ 'ਤੇ ਹੌਲੀ ਹੌਲੀ ਚੜ੍ਹਨਾ ਸ਼ੁਰੂ ਹੋ ਗਿਆ। ਪਰ ਤੁਸੀਂ ਦੇਖਿਆ ਹੋਣਾ ਇਹਦੇ ਨਾਲ ਨਾਲ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ
ਜੀ, ਕਿਉਂਕਿ ਪੁਲਿਸ ਘੁੰਮ ਰਹੀ ਹੈ, ਸਭ ਤੋਂ ਜ਼ਿਆਦਾ ਜੇ ਘੁੰਮ ਰਹੀ ਹੈ ਤਾਂ ਪੁਲਿਸ ਘੁੰਮ ਰਹੀ ਹੈ, ਨਾਕਿਆਂ 'ਤੇ ਵੀ ਪੁਲਿਸ ਹੈ। ਪੁਲਿਸ ਮੁਲਾਜ਼ਮਾਂ ਨੇ ਬਹੁਤ ਪਟਿਆਲੇ ਜ਼ਿਲ੍ਹੇ ਦੇ ਵਿੱਚ, ਜਿਹੜੇ ਸਾਡੇ SHO, ਸਾਡੇ DSP ਸਵਾਨ, ਸਾਡੇ ਚੌਂਕੀ ਇੰਚਾਰਜ, ਜਿੱਥੋਂ ਵੀ ਕੋਈ ਸੋਸ਼ਲ ਜਿਹੜੇ ਸਮਾਜ ਸੇਵਕ ਹੈ ਜਾਂ ਉਹਨਾਂ ਨੂੰ ਆਪਣੇ ਨਾਲ ਲੈ ਕੇ, ਉਹਨਾਂ ਦੇ ਨਾਲ ਉਹਨਾਂ ਦੀ ਹੈਲਪ ਲੈ ਕੇ, ਅਸੀਂ ਜਿੱਥੇ ਕੋਈ ਰਾਸ਼ਨ ਨਹੀਂ ਪਹੁੰਚ ਸਕਦਾ, ਇੱਕ ਮੇਰੀ ਤੁਹਾਡੇ ਰਾਹੀਂ ਅਸੀਂ ਰਾਸ਼ਨ ਵੰਡਿਆ ਹੈ ਪੁਲਿਸ ਨੇ ਕੀਤਾ, ਇੱਕ ਮੈਂ ਤੁਹਾਡੇ ਰਾਹੀਂ ਇੱਕ ਇਹ ਵੀ ਅਪੀਲ ਕਰਨਾ ਚਾਹੂੰਗਾ, ਸਿਰਫ ਲੋੜਵੰਦ ਬੰਦੇ ਆ ਜਿਹੜੇ ਰਾਸ਼ਨ ਦੇ ਰਹੇ ਆ, ਅਤੇ ਲੋੜਵੰਦ ਬੰਦੇ ਲੈਣ। ਕਈ ਵਾਰੀ ਹੁੰਦਾ ਵੀ ਅਸੀਂ ਰਾਸ਼ਨ ਲੰਗਰ ਵੰਡ ਰਹੇ ਹਾਂ ਜਾਂ ਹੋਰ ਕਰ ਰਹੇ ਹਾਂ, ਕਈ ਵਾਰੀ ਪੰਜਾਬੀ ਇਹਨੂੰ ਐਜ਼ ਏ ਪ੍ਰਸ਼ਾਦ ਦੇ ਸੋਚ ਕੇ ਵੀ ਇਹ ਪ੍ਰਸ਼ਾਦ ਹੈ, ਵੀ ਇਹਨੂੰ ਮੇਰਾ ਖਾਣਾ ਜ਼ਰੂਰੀ ਹੈ, ਮੈਂ ਨਾ ਨਹੀਂ ਕਹਿ ਸਕਦਾ। ਇਸ ਕਰਕੇ ਲੋੜ ਇਹ ਹੈ ਵੀ ਇਹਦੇ 'ਚ ਉਹਨੂੰ ਲੰਗਰ ਜੇ ਕਿਤੇ ਵਰਤਿਆ ਵੀ ਜਾ ਰਿਹਾ, ਜਿਹੜਾ ਅਫੋਰਡ ਕਰਦਾ ਉਸ ਲੰਗਰ ਨੂੰ ਨਾ ਖਾਵੇ, ਇਹ ਸੋਚ ਕੇ ਚੱਲੇ ਵੀ ਮੈਂ ਇਹਨੂੰ ਅਫੋਰਡ ਕਰਦਾ, ਇਹ ਮੇਰੇ ਹੋਰ ਭਰਾਵਾਂ ਕੋਲ ਜਿਹਨੂੰ ਕਿ ਸੱਚਮੁੱਚ ਹੀ ਰੋਜ਼ ਸਵੇਰੇ ਕਮਾਉਣਾ ਅਤੇ ਸ਼ਾਮ ਨੂੰ ਖਾਣਾ ਉਹਦੇ ਤੱਕ ਪਹੁੰਚੇ। ਇਸ ਕਰਕੇ ਆਪਾਂ ਇਹਨੂੰ ਲੰਗਰ ਨੂੰ ਪ੍ਰਸ਼ਾਦ ਦੇ ਤੌਰ 'ਤੇ ਨਹੀਂ ਖਾਣਾ ਵੀ ਇਹ ਸਾਰਿਆਂ ਨੂੰ ਹੁਣ ਲੰਗਰ ਮਿਲ ਗਿਆ, ਜਿਵੇਂ ਆਪਾਂ ਕਈ ਵਾਰੀ ਘਰੋਂ ਖਾਣਾ ਖਾਧਾ ਹੁੰਦਾ, ਤਿੰਨ ਥਾਈਂ ਲੰਗਰ ਹੋ ਗਿਆ, ਤਿੰਨੇ ਥਾਈਂ ਆਪਾਂ ਲੰਗਰ ਦੇ ਤੌਰ 'ਤੇ ਉਹਨੂੰ ਖਾਣਾ ਖਾ ਲੈਂਦੇ ਹਾਂ, ਇਵੇਂ ਨਹੀਂ ਅਸੀਂ ਕਰਨਾ। ਅਸੀਂ ਸਾਧਨਾਂ ਨੂੰ ਬਚਾ ਕੇ ਅਤੇ ਲੋੜਵੰਦਾਂ ਤੱਕ ਪਹੁੰਚਦਾ ਕਰਨਾ। ਇੱਕ ਸ਼ਰਾਰਤੀ ਅਨਸਰਾਂ ਨੂੰ ਕੋਈ ਮੈਸੇਜ ਸਰ, ਜਿੱਦਾਂ ਕਿ ਦੇਖੋ ਸ਼ਰਾਰਤੀ ਅਨਸਰਾਂ ਨੂੰ ਤਾਂ ਬੜੀ ਕਲੀਅਰ ਕੱਟ ਗੱਲ ਹੈ, ਇਹਦੇ 'ਚ ਬੜਾ ਸਖ਼ਤ ਸੁਣਿਆ, ਸ਼ਰਾਰਤਾਂ ਤੋਂ ਅਫਵਾਹਾਂ ਤੋਂ ਬਾਜ ਆਓ, ਕਾਨੂੰਨ ਬੜਾ ਸਖ਼ਤ ਹੈ, ਉਸ ਗੱਲ ਕਰਕੇ ਉਹਨਾਂ ਨੂੰ ਕਿਸੇ ਗੱਲ ਦੀ ਢੱਲ ਨਹੀਂ। ਜਿਵੇਂ ਅਸੀਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਸ਼ਰਾਰਤੀ ਅਤੇ ਗੁੰਡਾ ਅਨਸਰ ਨੂੰ ਜੋ ਡਿਜ਼ਰਵ ਕਰਦਾ ਉਹੀ ਉਹਨੂੰ ਮਿਲੇਗਾ, ਉਹਨਾਂ ਲਈ ਕਿਸੇ ਲੈਵਲ 'ਤੇ ਕਾਨੂੰਨ 'ਚ ਸਖ਼ਤਾਈ ਨਹੀਂ। ਸਾਡਾ ਜਿਹੜਾ ਸਤਿਕਾਰਯੋਗ ਸ਼ਹਿਰੀ, ਸਾਡਾ ਜਿਹੜਾ ਲੋੜਵੰਦ ਸ਼ਹਿਰੀ, ਸਾਡਾ ਜਿਹੜਾ ਮਤਲਬ ਲੋੜਵੰਦ ਵਸਨੀਕ, ਸ਼ਹਿਰੀ ਦੀ ਬਜਾਏ ਵੀ ਲੋੜਵੰਦ ਵਸਨੀਕ, ਉਹਨਾਂ ਲਈ ਅਸੀਂ ਜਿਹੜੀ ਸਮਾਜ ਸੇਵਾ ਕਰ ਰਹੇ ਹਾਂ। ਜੇ ਸ਼ਰਾਰਤੀ ਦੇ ਤੌਰ 'ਤੇ ਸੋਚਿਆ ਜਾਵੇ ਉਹਦੇ ਲਈ ਕਾਨੂੰਨ ਉਨਾ ਹੀ ਸਖ਼ਤ ਆ, ਉਹਦੀ ਜਿਹੜੀ ਜਗ੍ਹਾ ਉਹ ਸਲਾਖਾਂ ਦੇ ਪਿੱਛੇ ਆ, ਉਹਦੀ ਆਮ ਲੋਕਾਂ ਦੇ ਵਿੱਚ ਜਗ੍ਹਾ ਨਹੀਂ। ਨਾਭਾ ਤੋਂ ਦਾ ਸਟੇਟ ਨਿਊਜ਼ ਦੇ ਲਈ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ।